ਔਰ ਕੀ ਕਰੈਕਟਰ ਤੁਹਾਡਾ? ਮੇਰਾ ਪਹਿਲਾਂ ਤਾਂ ਸ਼ੁਕਰੀਆ ਸੁਮੀਤ ਭਾਅ ਜੀ, ਅਮਿਤ ਉਜਮਾਨ ਸਾਹਿਬ, ਉਹਨਾਂ ਨਾਲ ਮੇਰੀ ਦੂਜੀ ਫਿਲਮ ਹੈ, ਪਹਿਲੀ ਹਵਾਏ ਸੀ। ਹਵਾਏ 'ਚ ਬੜਾ ਖਤਰਨਾਕ ਸੀ, ਛੋਟਾ ਸੀ ਰੋਲ, ਪਰ ਬਹੁਤ ਅੱਛਾ ਅਤੇ ਬਹੁਤ ਜ਼ਿਕਰਯੋਗ ਰਿਹਾ ਉਹ ਕਰੈਕਟਰ। ਉਸ ਤੋਂ ਬਾਅਦ ਇਹ ਸੁੱਚਾ ਸੂਰਮਾ 'ਚ ਉਹਨਾਂ ਨੇ ਚੋਣ ਕੀਤੀ ਔਰ ਮੈਨੂੰ ਸੁੱਚਾ ਜੀ ਬੱਬੂ ਭਾਅ ਜੀ ਦੇ ਫੁੱਫੜ ਜੀ ਦਾ ਰੋਲ ਮਿਲਿਆ। ਆਮ ਫੁੱਫੜ ਤੁਸੀਂ ਸੁਣਦੇ ਹੋ ਸ਼ਰਾਰਤੀ ਮਸ਼ਕਰੀਆਂ ਵਾਲੇ ਹੁੰਦੇ ਆ, ਪਰ ਇਹ ਮੋਟੀਵੇਸ਼ਨਲ ਫੁੱਫੜ ਸੀ, ਇਹ ਨਾਲ ਖੜਨ ਵਾਲਾ ਫੁੱਫੜ ਸੀ, ਹੌਸਲਾ ਵਧਾਊ ਫੁੱਫੜ ਹੈ। ਔਰ ਮਾੜੀ ਮੋਟੀ ਜਿਹੜੀ ਟਿਚਕਰ ਵੀ ਉਹ ਕਰਦਾ ਵਾ, ਪਰ ਉਹ ਜਿਹੜਾ ਆਮ ਪਿੰਡ ਦਾ ਕਿਰਦਾਰ ਹੁੰਦਾ ਉਹ ਕਿਰਦਾਰ ਹੈ। ਔਰ ਸਾਨੂੰ ਸਾਰੀ ਟੀਮ ਨੂੰ ਉੱਥੇ ਸ਼ੂਟਿੰਗ 'ਤੇ ਰਹਿ ਕੇ ਸ਼ੂਟਿੰਗ ਕਰਦਿਆਂ ਕਿਤੇ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਐਕਟਰ ਹਾਂ, ਸਾਨੂੰ ਲੱਗਾ ਅਸੀਂ ਉਸੇ ਪਿੰਡ ਦੇ ਉਸੇ ਕਹਾਣੀ ਦੇ ਅਸਲੀ ਕਿਰਦਾਰ ਹਾਂ। ਤੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਨਿਭਾਇਆ। ਇਹ ਪਹਿਲਾ ਫੁੱਫੜ ਹੈ ਜਿਹੜਾ ਪੋਜ਼ਿਟਿਵ ਜਾ ਰਿਹਾ ਮੇਰੇ ਸਾਹਮਣੇ। ਫੁੱਫੜ ਹੁੰਦੇ ਪੋਜ਼ਿਟਿਵ ਹੈ, ਉਹਨਾਂ ਦੀ ਸੋਚ ਆਪਣੇ ਤਰੀਕੇ ਦੀ ਹੁੰਦੀ ਹੈ। ਕੀ ਕਰੈਕਟਰ ਤੁਹਾਡਾ? ਮੇਰਾ ਪਹਿਲਾਂ ਤਾਂ ਸ਼ੁਕਰੀਆ ਸੁਮੀਤ ਭਾਅ ਜੀ, ਅਮਿਤ ਉਜਮਾਨ ਸਾਹਿਬ, ਉਹਨਾਂ ਨਾਲ ਮੇਰੀ ਦੂਜੀ ਫਿਲਮ ਹੈ, ਪਹਿਲੀ ਹਵਾਏ ਸੀ। ਹਵਾਏ 'ਚ ਬੜਾ ਖਤਰਨਾਕ ਸੀ, ਛੋਟਾ ਸੀ ਰੋਲ, ਪਰ ਬਹੁਤ ਅੱਛਾ ਅਤੇ ਬਹੁਤ ਜ਼ਿਕਰਯੋਗ ਰਿਹਾ ਉਹ ਕਰੈਕਟਰ। ਉਸ ਤੋਂ ਬਾਅਦ ਇਹ ਸੁੱਚਾ ਸੂਰਮਾ 'ਚ ਉਹਨਾਂ ਨੇ ਚੋਣ ਕੀਤੀ ਔਰ ਮੈਨੂੰ ਸੁੱਚਾ ਜੀ ਬੱਬੂ ਭਾਅ ਜੀ ਦੇ ਫੁੱਫੜ ਜੀ ਦਾ ਰੋਲ ਮਿਲਿਆ। ਆਮ ਫੁੱਫੜ ਤੁਸੀਂ ਸੁਣਦੇ ਹੋ ਸ਼ਰਾਰਤੀ ਮਸ਼ਕਰੀਆਂ ਵਾਲੇ ਹੁੰਦੇ ਆ, ਪਰ ਇਹ ਮੋਟੀਵੇਸ਼ਨਲ ਫੁੱਫੜ ਸੀ, ਇਹ ਨਾਲ ਖੜਨ ਵਾਲਾ ਫੁੱਫੜ ਸੀ, ਹੌਸਲਾ ਵਧਾਊ ਫੁੱਫੜ ਹੈ। ਔਰ ਮਾੜੀ ਮੋਟੀ ਜਿਹੜੀ ਟਿਚਕਰ ਵੀ ਉਹ ਕਰਦਾ ਵਾ, ਪਰ ਉਹ ਜਿਹੜਾ ਆਮ ਪਿੰਡ ਦਾ ਕਿਰਦਾਰ ਹੁੰਦਾ ਉਹ ਕਿਰਦਾਰ ਹੈ। ਔਰ ਸਾਨੂੰ ਸਾਰੀ ਟੀਮ ਨੂੰ ਉੱਥੇ ਸ਼ੂਟਿੰਗ 'ਤੇ ਰਹਿ ਕੇ ਸ਼ੂਟਿੰਗ ਕਰਦਿਆਂ ਕਿਤੇ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਐਕਟਰ ਹਾਂ, ਸਾਨੂੰ ਲੱਗਾ ਅਸੀਂ ਉਸੇ ਪਿੰਡ ਦੇ ਉਸੇ ਕਹਾਣੀ ਦੇ ਅਸਲੀ ਕਿਰਦਾਰ ਹਾਂ। ਅਤੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਨਿਭਾਇਆ। ਇਹ ਪਹਿਲਾ ਫੁੱਫੜ ਹੈ ਜਿਹੜਾ ਪੋਜ਼ਿਟਿਵ ਜਾ ਰਿਹਾ ਮੇਰੇ ਸਾਹਮਣੇ। ਫੁੱਫੜ ਹੁੰਦੇ ਪੋਜ਼ਿਟਿਵ ਹੈ, ਉਹਨਾਂ ਦੀ ਸੋਚ ਆਪਣੇ ਤਰੀਕੇ ਦੀ ਹੁੰਦੀ ਹੈ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।